ਅੱਜ ਐਸਕੇਐਮ ਪੰਜਾਬ ਦੀ ਸਾਰੇ ਜਥੇਬੰਦੀਆਂ ਦੀ ਮੀਟਿੰਗ, ਉਹਦੇ ਵਿੱਚ ਗਰਾਹਾਂ ਸਾਹਿਬ ਵੀ ਸ਼ਾਮਿਲ ਹੋਏ। ਉਹਦੇ 'ਚ ਜਿਹੜੇ ਅਹਿਮ ਫੈਸਲੇ ਲਏ ਗਏ, 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚ ਆ, ਦਿੱਲੀ ਮਹਾਂਪੰਚਾਇਤ ਐਸਕੇਐਮ ਇੰਡੀਆ ਕਰ ਰਿਹਾ, ਜਿਸ 'ਚ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ। ਰਾਮਲੀਲਾ ਗਰਾਊਂਡ ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50,000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ, ਅਤੇ 50,000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ ਰਾਮਲੀਲਾ ਗਰਾਊਂਡ 14 ਤਰੀਕ ਨੂੰ ਸਵੇਰੇ ਪਹੁੰਚਣਗੇ। ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਬੱਸਾਂ ਰਾਹੀਂ, ਗੱਡੀਆਂ ਰਾਹੀਂ, ਟ੍ਰੇਨਾਂ ਰਾਹੀਂ, ਜੋ ਆਪਦੇ ਸਾਧਨ ਨੇ ਉਹਨਾਂ ਰਾਹੀਂ ਜਾਵਾਂਗੇ। ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ, ਸਿਰਫ ਟ੍ਰੇਨਾਂ, ਬੱਸਾਂ ਅਤੇ ਗੱਡੀਆਂ ਰਾਹੀਂ ਅਸੀਂ ਜਾਵਾਂਗੇ। ਉਹਦੇ 'ਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ, ਅਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਦੀ ਮਹਾਂਪੰਚਾਇਤ ਕਰਾਂਗੇ। ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ, ਉਹ ਮੰਗਾਂ ਦੇ ਲਈ ਜਿਵੇਂ MSP ਦੀ ਮੰਗ ਆ, ਜਿਵੇਂ ਸਾਡੀ ਬੁਢਾਪਾ ਪੈਨਸ਼ਨ ਦੀ ਮੰਗ ਆ, ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ, ਇਹੋ ਜਿਹੀਆਂ ਮੰਗਾਂ ਜਿਹੜੀਆਂ ਸਾਡੀਆਂ 5 ਅਸੀਂ ਛੱਡ ਕੇ ਆਏ ਸੀ, ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ। ਦੂਸਰਾ, ਜਿਹੜੀ ਪੰਜਾਬ ਸਰਕਾਰ ਨੇ FIR ਕੀਤੀ ਆ, ਅਸੀਂ ਉਹਦੇ ਨਾਲ ਸਹਿਮਤ ਨਹੀਂ, ਜਿਹੜੀ 0 FIR ਕੀਤੀ ਆ, ਕਿਉਂਕਿ ਅਸੀਂ ਸਾਡੀ ਮੰਗ ਸੀ ਵੀ ਬਾਏ ਨੇਮ FIR ਕਰਨੀ ਚਾਹੀਦੀ ਆ, ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਸਾਡਾ ਐਸਕੇਐਮ ਇਹਨੂੰ ਫੌਰੀ ਤੌਰ 'ਤੇ ਰੱਦ ਕਰਦਾ, ਅਤੇ ਅਸੀਂ ਕਹਿੰਦੇ ਹਾਂ ਵੀ ਫੌਰੀ ਤੌਰ 'ਤੇ ਜਿਹੜੀ ਬਾਏ ਨੇਮ ਜਿਹੜੀ ਆ ਉਹ ਜਿਹੜੀ FIR ਕੀਤੀ ਜਾਵੇ, ਤਾਂ ਹੀ ਜਿਹੜਾ ਇਨਸਾਫ ਸਾਨੂੰ ਮਿਲੂਗਾ। ਕੱਲ੍ਹ ਨੂੰ 3 ਤਰੀਕ ਨੂੰ ਸ਼ੁਭ ਕਰਨ ਦਾ ਭੋਗ ਆ, ਉਹ 'ਚ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਡਿਊਟੀ ਲੱਗ ਗਈ ਆ, ਅਸੀਂ ਉਹ ਭੋਗ ਦੇ ਵਿੱਚ ਵੀ ਸ਼ਾਮਿਲ ਹੋਵਾਂਗੇ। ਇਹਦੀ ਤਿਆਰੀ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਰੱਖ ਦਿੱਤੀਆਂ ਗਈਆਂ, ਅਸੀਂ ਪਿੰਡ ਪੱਧਰ 'ਤੇ 5 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਂਗੇ, ਮਾਰਚ ਕਰਾਂਗੇ, ਅਤੇ ਅਸੀਂ 11 ਤਰੀਕ ਨੂੰ ਆਉਣ ਵਾਲੀ ਨੂੰ ਫਿਰ ਲੁਧਿਆਣੇ ਦੇ ਵਿੱਚ ਇਹ ਤਿਆਰੀ ਦਾ 11 ਤਰੀਕ ਨੂੰ ਇਹ ਤਿਆਰੀ ਦਾ ਜਾਇਜ਼ਾ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਐਸਕੇਐਮ ਦੀ ਜਿਹੜੀ ਵੱਡੀ ਮੀਟਿੰਗ ਕਰਾਂਗੇ। ਉਸ ਤੋਂ ਬਾਅਦ ਅਗਲੇ ਜਿਹੜੇ ਮੇਰੇ ਅੱਜ ਐਸਕੇਐਮ ਚੈਪਟਰ ਪੰਜਾਬ ਦੀ ਮੀਟਿੰਗ ਹੋਈ ਆ, ਕਿਉਂਕਿ ਅਸੀਂ ਪਹਿਲਾਂ 22 ਫਰਵਰੀ ਨੂੰ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਆਲ ਇੰਡੀਆ ਐਸਕੇਐਮ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਐਸਕੇਐਮ ਨੇ ਫੈਸਲਾ ਕੀਤਾ ਸੀਗਾ ਵੀ 14 ਮਾਰਚ 2024 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਨੇ, ਜੋ ਆਲਰੇਡੀ ਅਸੀਂ ਮਤਲਬ ਕੇਂਦਰੀ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ, ਔਰ ਜੋ ਅਸੀਂ ਮੋਰਚਾ ਲਾਇਆ ਸੀਗਾ ਜਿਹਦੇ ਵਿੱਚ 3 ਕਾਲੇ ਕਾਨੂੰਨ ਵਾਪਸ ਕਰਾਏ ਸੀ, ਉਹਦੇ ਵਿੱਚ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ, ਔਰ ਇਹ ਅੱਜ ਦੀ ਮੀਟਿੰਗ ਆ ਜਿਹੜੀ ਇੱਥੇ ਲੁਧਿਆਣੇ ਦੇ ਵਿੱਚ ਅਸੀਂ ਆਯੋਜਿਤ ਕੀਤੀ ਆ, ਔਰ ਬਹੁਤ ਡਿਸਕਸ਼ਨ ਹੋਈ ਆ, ਔਰ ਉਸ ਡਿਸਕਸ਼ਨ ਤੋਂ ਬਾਅਦ ਜਿਵੇਂ ਲੱਖੋਵਾਲ ਸਾਹਿਬ ਨੇ ਦੱਸਿਆ ਹੈ, ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਪੰਜਾਬ ਤੋਂ 50,000 ਤੋਂ ਵੀ ਉੱਪਰ ਕਿਸਾਨ ਨੇ ਜਿਹੜੇ, ਉਹ ਆਪਣੇ ਆਪਣੇ ਸਾਧਨਾਂ ਰਾਹੀਂ, ਰੇਲ ਗੱਡੀ ਰਾਹੀਂ, ਬੱਸਾਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਜਿਹੜੀ ਐਸਕੇਐਮ ਵੱਲੋਂ ਰੱਖੀ ਗਈ ਮਹਾਂਪੰਚਾਇਤ
ਰਾਮਲੀਲਾ ਮੈਦਾਨ ਦਿੱਲੀ ਦੇ ਵਿੱਚ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਪੀਸਫੁੱਲ ਰਹਾਂਗੇ ਔਰ ਆਪਣੀਆਂ ਮੰਗਾਂ ਜੋ ਆਲਰੇਡੀ ਕੇਂਦਰੀ ਸਰਕਾਰ ਨੂੰ ਦਿੱਤੀਆਂ ਨੇ ਉਹਨਾਂ ਨੂੰ ਮਨਾਉਣ ਖਾਤਰ ਦਬਾਅ ਪਾਵਾਂਗੇ। ਇਹਦੀ ਅੱਗੇ ਕਿਸ ਤਰ੍ਹਾਂ ਮਤਲਬ ਇਹਨੂੰ ਅਸੀਂ ਆਯੋਜਿਤ ਕਰਨਾ ਉਹਦੇ ਲਈ 7 ਤਾਰੀਖ ਨੂੰ ਜ਼ਿਲ੍ਹਾ ਪੱਧਰਾਂ ਦੇ ਉੱਤੇ 7 ਮਾਰਚ ਨੂੰ ਅਸੀਂ ਜ਼ਿਲ੍ਹਾ SKM ਦੀਆਂ ਮੀਟਿੰਗਾਂ ਦਾ ਫੈਸਲਾ ਕੀਤਾ ਔਰ ਜ਼ਿਲ੍ਹੇ ਦੇ ਵਿੱਚ SKM ਆ ਜਿਹੜਾ ਉਹ ਆਪਣੀਆਂ ਮੀਟਿੰਗਾਂ ਕਰਕੇ 14 ਦੀ ਮਹਾਂਪੰਚਾਇਤ ਦੀ ਤਿਆਰੀ ਕਰੇਗਾ ਔਰ ਨਾਲ ਦੀ ਨਾਲ ਅਸੀਂ ਜੋ ਮੋਰਚਾ ਕਿਸਾਨ ਮੋਰਚਾ ਪੂਰੇ ਹਿੰਦੁਸਤਾਨ ਦੇ ਵਿੱਚ SKM ਦੇ ਝੰਡੇ ਥੱਲੇ ਇਹਨੂੰ ਹੋਰ ਅੱਗੇ ਬੁਲੰਦੀ ਵੱਲ ਲੈ ਕੇ ਜਾਵਾਂਗੇ। ਅੱਜ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ। ਕੁਐਸਚਨ ਬਾਅਦ ਚ ਕਰ ਲਿਓ, ਪਹਿਲਾਂ ਪ੍ਰੋਗਰਾਮ ਦੱਸ ਲਈਏ। ਉਹ ਅਸੀਂ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ, ਜਦ ਤੱਕ ਸਾਨੂੰ ਸਪਸ਼ਟ ਹੋ ਜੂ ਨਹੀਂ 11 ਹੋ ਗਈ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ, ਸਾਨੂੰ ਸਪਸ਼ਟ ਹੋ ਜੂ ਵੀ ਸਰਕਾਰ ਦਾ ਰਵੱਈਆ ਕੀ ਆ। ਜੇ ਸਾਨੂੰ ਰੋਕਿਆ ਗਿਆ ਤਾਂ ਅਸੀਂ ਅਗਲੇ ਐਕਸ਼ਨ ਦਾ 11 ਤਰੀਕ ਨੂੰ ਲਾ ਇੱਥੇ ਲੁਧਿਆਣੇ ਕਰਾਂ। ਸਰ ਇੱਕ ਜਿਹੜੀ ਕਹਿ ਰਹੇ ਹੋ ਕਿਸਾਨ, ਕਿੰਨੀ ਜਥੇਬੰਦੀਆਂ ਕਿੰਨੀਆਂ ਜਾ ਰਹੀਆਂ ਨੇ ਪੰਜਾਬ ਚੋਂ ਤੇ ਉੱਥੇ ਕਿੰਨੀ ਜਥੇਬੰਦੀਆਂ ਪਹੁੰਚਣਗੀਆਂ ਤੁਹਾਡੀਆਂ? ਦੇਖੋ ਗੱਲ ਇਹ ਆ, ਅਸੀਂ ਅੱਜ ਜੋ ਫੈਸਲਾ ਕੀਤਾ ਕਿਉਂਕਿ SKM ਨੇ ਆਲਰੇਡੀ ਆਲ ਇੰਡੀਆ ਲੈਵਲ ਦੇ SKM ਨੇ ਰਾਮਲੀਲਾ ਮੈਦਾਨ ਨੂੰ ਲੈਣ ਲਈ ਤਾਂ ਕਿ ਉੱਥੇ ਪੀਸਫੁੱਲ ਰੈਲੀ ਹੋ ਚੁੱਕੇ, ਅਸੀਂ ਮਤਲਬ ਅਰਜ਼ੀ ਆ ਜਿਹੜੀ ਉਹ ਦਿੱਲੀ ਦੀ ਸਰਕਾਰ ਨੂੰ ਦੇ ਦਿੱਤੀ ਆ ਔਰ ਦਿੱਲੀ ਦੀ ਸਰਕਾਰ ਸਾਨੂੰ ਰਾਮਲੀਲਾ ਮੈਦਾਨ ਆ ਜਿਹੜਾ ਉਹ ਅਲੋਟ ਕਰਦੀ ਆ, ਉਹਦੇ ਵਿੱਚ ਅਸੀਂ ਰੈਲੀ ਕਰਦੇ ਹਾਂ। ਇਹਦਾ ਸਾਨੂੰ 10 ਮਾਰਚ ਤੱਕ ਪਤਾ ਲੱਗ ਜਾਏਗਾ ਔਰ ਉਸ ਤੋਂ ਬਾਅਦ ਇੱਕ ਮਿੰਟ ਗੱਲ ਸੁਣੋ, ਉਸ ਤੋਂ ਬਾਅਦ ਅਸੀਂ ਉਸ ਸਮੇਂ ਦੀ ਹਾਲਾਤ ਕੀ ਹੋਣਗੇ, ਕੀ ਸਾਨੂੰ ਰੈਲੀ ਕਰਨ ਦੀ ਇਜਾਜ਼ਤ ਮਿਲੇਗੀ ਜਾਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ, ਇਸ ਦੇ ਲਈ ਉਹਨਾਂ ਅਜੋਕੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ 11 ਤਾਰੀਖ ਨੂੰ ਇਸੇ ਜਗ੍ਹਾ SKM ਪੰਜਾਬ ਚੈਪਟਰ ਦੀ ਮੀਟਿੰਗ ਆ ਔਰ 6 ਅਤੇ 7 ਨੂੰ ਆਲ ਇੰਡੀਆ ਦੇ SKM ਦੀ ਮੀਟਿੰਗ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਆ ਉਹਦੀ ਮੀਟਿੰਗ ਹੋ ਰਹੀ ਆ, ਉੱਥੇ ਉਹ ਉਹਦੇ ਬਾਰੇ ਫੈਸਲਾ ਲੈਣਗੇ। 11 ਤਰੀਕ ਨੂੰ ਅਸੀਂ ਫੈਸਲਾ ਲਵਾਂਗੇ ਅਤੇ ਜੋ ਤੁਸੀਂ ਸਵਾਲ ਸਾਨੂੰ ਕਰ ਰਹੇ ਹੋ ਵੀ ਉਹ ਨਹੀਂ ਜਾਣ ਦੇਣਗੇ, ਇਹਦਾ ਫੈਸਲਾ ਅਸੀਂ 11 ਮਾਰਚ ਦੀ ਮੀਟਿੰਗ 'ਚ ਹੀ ਕਰਾਂਗੇ। ਉਦੋਂ ਹਾਲਾਤ ਕੀ ਆ, ਉਹਨਾਂ ਹਾਲਾਤਾਂ ਦੇ ਉੱਤੇ ਸਾਡਾ ਪ੍ਰਤੀਕਰਮ ਕੀ ਹੋਏਗਾ ਇਹ ਅਸੀਂ 11 ਮਾਰਚ ਦੇ। ਸਾਨੂੰ ਕੋਰਟਾਂ ਨੇ ਵੀ ਕਿਹਾ ਹੋਇਆ ਵੀ ਤੁਸੀਂ ਟਰੈਕਟਰ ਲੈ ਕੇ ਕਿਉਂ ਜਾਂਦੇ ਹੋ, ਤੁਸੀਂ ਬੱਸਾਂ 'ਤੇ ਜਾਓ, ਟ੍ਰੇਨਾਂ 'ਤੇ। ਅੱਜ ਅਸੀਂ ਉਹੀ ਗੱਲ ਕਹਿ ਰਹੇ ਹਾਂ, ਅਸੀਂ ਬੱਸਾਂ 'ਤੇ, ਅਸੀਂ ਟ੍ਰੇਨਾਂ 'ਤੇ ਜਾਵਾਂਗੇ ਅਤੇ ਬੜੇ ਸ਼ਾਂਤਮਈ ਢੰਗ ਨਾਲ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਆ, ਇਜਾਜ਼ਤ ਲੈ ਕੇ ਅਸੀਂ ਉੱਥੋਂ ਬਕਾਇਦਾ ਕਰ ਰਹੇ ਹਾਂ। ਜੇ ਫਿਰ ਵੀ ਸਰਕਾਰ ਰੋਕੂਗੀ ਤਾਂ ਫਿਰ ਅਸੀਂ 11 ਤਰੀਕ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ। ਚੁਣਾਵ ਜਾਬਤਾ ਜੇ ਲੱਗ ਜਾਂਦਾ ਕੋਈ ਸਾਨੂੰ ਫਰਕ ਨਹੀਂ ਪੈਂਦਾ, ਅਸੀਂ ਕੋਈ ਚੋਣਾਂ ਨਹੀਂ ਲੜਨੀਆਂ, ਭਾਵੇਂ ਚੋਣ ਜਾਬਤਾ ਲੱਗਦਾ ਨਹੀਂ ਲੱਗਦਾ, ਅਸੀਂ ਪੱਕੇ ਤੌਰ ਤੇ ਅਸੀਂ ਜਿਹੜਾ 14 ਤਰੀਕ ਨੂੰ ਜਾਵਾਂਗੇ ਜਾਵਾਂ। ਟੋਟਲ ਸਾਡੀਆਂ ਦੇਸ਼ ਭਰ ਦੇ ਵਿੱਚੋਂ ਜਿਹੜੀਆਂ ਸੁੱਖ ਗਿੱਲ ਮੋਗਾ ਮੈਂ ਟੋਟਲ ਸਾਡੀਆਂ ਦੇਸ਼ ਭਰ ਦੇ ਵਿੱਚੋਂ 400 ਜਥੇਬੰਦੀਆਂ ਔਰ ਪੰਜਾਬ ਦੇ ਵਿੱਚੋਂ 37 ਜਥੇਬੰਦੀਆਂ ਜੋ SKM ਦੇ ਨਾਲ ਸੰਬੰਧਿਤ ਨੇ ਇਹ ਦਿੱਲੀ ਸ਼ਾਂਤੀਪੂਰਵਕ ਜਾਣਗੀਆਂ। ਜੇ ਸਰਕਾਰ ਕਿਤੇ ਰੋਕਦੀ ਆ ਸਾਨੂੰ ਤਾਂ ਅਸੀਂ ਉਹ ਜਿਹੜਾ 11 ਤਰੀਕ ਨੂੰ ਫੈਸਲਾ ਕਰਕੇ ਤੁਹਾਨੂੰ ਦੱਸ ਦੇਵਾਂਗੇ ਕਿ ਸਾਡਾ SKM ਦਾ ਕੀ ਐਕਸ਼ਨ ਹੋਵੇ। ਬਹੁਤ ਸਾਰੇ ਲੋਕ ਸਵਾਲ ਪੁੱਛਦੇ ਨੇ ਕਿ ਰਾਜਨੀਤਿਕ ਦਲ ਹੈਗਾ ਵਾ ਕਿ ਇਲੈਕਸ਼ਨ ਲੜੇਗਾ, ਲੋਕ ਸਭਾ ਚੋਣ ਲੜਨ ਦੀ ਕੋਈ ਤਿਆਰੀ ਹੈਗੀ? ਬਿਲਕੁਲ ਕੋਈ ਨਹੀਂ ਇਲੈਕਸ਼ਨ ਲੜੇਗਾ, ਕੋਈ ਇਲੈਕਸ਼ਨ ਨਹੀਂ ਲੜੂਗਾ। ਸਾਡੇ ਚੋਂ ਕੋਈ ਵੀ ਰਾਜਨੀਤਿਕ ਦਲ ਬਣ ਗਿਆ ਤੁਹਾਡਾ? ਸਾਡੇ ਚੋਂ ਕੋਈ ਵੀ ਇਲੈਕਸ਼ਨ ਨਹੀਂ ਲੜੂ। ਜਿਹੜੀਆਂ ਜਥੇਬੰਦੀਆਂ ਨੇ ਪਹਿਲਾਂ ਇਲੈਕਸ਼ਨ ਲੜਿਆ ਸੀ
ਉਹ ਦੁਬਾਰਾ ਇਸ ਗੇਮ ਦੇ ਵਿੱਚ ਆ ਗਈਆਂ। ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਕਿ ਅਸੀਂ ਇਲੈਕਸ਼ਨ ਲੜ ਕੇ ਗਲਤੀ ਕੀਤੀ, ਸਾਡੇ 'ਚੋਂ ਇੱਕ ਵੀ ਜਥੇਬੰਦੀ ਇਲੈਕਸ਼ਨ ਨਹੀਂ ਲੜੂਗੀ। ਕਿਸੇ ਪਾਰਟੀ ਨੂੰ ਸਪੋਰਟ ਕਰ ਰਹੇ ਹੋ? ਨਹੀਂ, ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਾਂਗੇ, ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਾਂਗੇ। ਜਿਹੜੀਆਂ ਜਥੇਬੰਦੀਆਂ ਇੱਕਮਤ ਰਹੀ ਸੀਗੀਆਂ ਪਹਿਲਾਂ ਧਰਦੇ ਨੂੰ ਵੀ ਲੈ ਕੇ ਕਿ ਹੁਣ ਕਿੱਦਾਂ ਇੱਕਮਤ ਹੈਗੀ ਸਾਰੀ ਜਥੇਬੰਦੀ? ਆਪਾਂ ਅਗਲੀ ਗੱਲ ਕਰਾਂਗੇ, ਸਾਰੀਆਂ ਜਥੇਬੰਦੀਆਂ ਇੱਕਮਤ ਸਾਡੇ 6 ਮੈਂਬਰ ਜਿਹੜੀ ਕਮੇਟੀ ਬਣਾਈ ਐ ਐਸਕੇਐਮ ਨੇ ਇੰਡੀਆ ਨੇ, ਉਹ ਪਾਰਟੀਆਂ ਨਾਲ ਗੱਲਾਂ ਕਰ ਲਈ, ਉਹਨਾਂ ਲਈ ਇਹ ਦੱਸਣਗੇ ਪੰਨੂ ਸਾਹਿਬ। ਮੈਂ ਕਵਲਪ੍ਰੀਤ ਸਿੰਘ ਪੰਨੂ। ਜਿਹੜਾ ਸਾਡੀ ਅੱਜ ਦੀ ਮੀਟਿੰਗ 'ਚ ਚਰਚਾ ਦਾ ਵਿਸ਼ਾ ਰਿਹਾ, ਕਿਉਂਕਿ 22 ਤਰੀਕ ਨੂੰ ਜਿਹੜੀ ਚੰਡੀਗੜ੍ਹ ਸਾਡੀ ਭਾਰਤ ਪੱਧਰ ਦੀ ਮੀਟਿੰਗ ਹੋਈ ਆ, ਉਹਦੇ 'ਚ ਅਸੀਂ ਇੱਕ ਕਮੇਟੀ ਬਣਾਈ 6 ਮੈਂਬਰੀ। ਉਹ ਕਮੇਟੀ ਇਸ ਕਰਕੇ ਬਣਾਈ ਕਿ ਜਿਹੜਾ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ ਚੱਲ ਰਿਹਾ, ਉਹਨਾਂ ਨਾਲ ਏਕਤਾ ਕਰਨ ਵਾਸਤੇ ਉਹ 6 ਮੈਂਬਰੀ ਕਮੇਟੀ ਨੇ ਆਪਣੀ ਪ੍ਰਪੋਜ਼ਲ, ਜਿਹੜੇ ਉੱਥੇ 2 ਫੋਰਮ ਆ, ਇੱਕ ਪੰਧੇਰ ਦੀ ਅਗਵਾਈ ਵਾਲਾ, ਇੱਕ ਡੱਲੇਵਾਲ ਦੀ ਅਗਵਾਈ ਵਾਲਾ, ਉਹਨਾਂ 2 ਫੋਰਮਾਂ ਨੂੰ ਮਿਲ ਕੇ ਜਿਹੜੀ ਸਾਡੀ ਪ੍ਰਪੋਜ਼ਲ ਆ ਉਹਨਾਂ ਸਾਹਮਣੇ ਰੱਖੀ ਆ ਕਿ ਅਸੀਂ ਮੰਗਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਵਾ। ਅਸੀਂ ਚਾਹੁੰਦੇ ਹਾਂ ਕਿ ਇਹਦੇ 'ਤੇ ਏਕਤਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਕੇ, ਜਿੱਦਾਂ ਪਹਿਲਾਂ ਏਕਤਾ ਚੱਲਦੀ ਸੀ ਜਦੋਂ ਅਸੀਂ ਦਿੱਲੀ ਮੋਰਚਾ ਲੜਿਆ, ਉਦੋਂ ਸਾਡੀ ਏਕਤਾ ਸੀ, ਸਾਡੀਆਂ 32 ਕਿਸਾਨ ਜਥੇਬੰਦੀਆਂ ਐਸਕੇਐਮ ਦੇ ਵਿੱਚ ਸ਼ਾਮਿਲ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਉਹ ਏਕਤਾ ਚਾਹੁੰਦੇ ਹਾਂ ਜਿਹੜੀ ਦਿੱਲੀ ਵਾਲੀ ਏਕਤਾ ਸੀ। ਇਸ ਕਰਕੇ ਉਹ ਪ੍ਰਪੋਜ਼ਲ ਅਸੀਂ ਉਹਨਾਂ ਨੂੰ ਦਿੱਤੀ ਆ। ਉਹਨਾਂ ਨੇ ਕਿਹਾ ਇਹਦੇ 'ਚ ਕਿ ਤੁਹਾਡੀ ਪ੍ਰਪੋਜ਼ਲ ਸਾਡੇ ਕੋਲ ਆ ਗਈ ਆ, ਅਸੀਂ ਇਹ 'ਤੇ ਵਿਚਾਰ ਕਰਕੇ ਤੁਹਾਨੂੰ ਕੋਈ ਜਵਾਬ ਦੇਵਾਂਗੇ। ਪਰ ਜਿਹੜੀ ਇੱਕ ਪ੍ਰਪੋਜ਼ਲ ਅਸੀਂ ਪੰਧੇਰ ਵਾਲੇ ਮੋਰਚੇ ਨੂੰ ਭੇਜੀ ਹੈ, ਕਿਉਂਕਿ ਪੰਧੇਰ ਦਾ ਮੋਰਚਾ ਦਿੱਲੀ 'ਚ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਨਹੀਂ ਸੀ, ਉਹਨਾਂ ਦੀ ਵੱਖਰੀ ਸਟੇਜ ਸੀ ਉੱਥੇ। ਉਹਦੇ ਲਈ ਇੱਕ ਗੱਲ ਵੱਖਰੀ, ਇੱਕ ਮੱਧ ਵੱਖਰੀ ਕਿ 26 ਜਨਵਰੀ ਨੂੰ ਜੋ ਕੁਝ ਦਿੱਲੀ ਬਾਰਡਰਾਂ 'ਤੇ ਹੋਇਆ, ਜੋ ਲਾਲ ਕਿਲੇ ਨੂੰ ਕਾਰਵਾਈ ਗਈ, ਅਸੀਂ ਉਹਨਾਂ ਨੂੰ ਕਿਹਾ ਵੀ ਉਹਦੇ ਬਾਰੇ ਆਪਣੀ ਪੁਜੀਸ਼ਨ ਸਪਸ਼ਟ ਕਰੋ, ਜੇ ਤੁਸੀਂ ਸਾਡੇ ਮੋਰਚੇ ਨਾਲ ਤਾਲਮੇਲ ਬਿਠਾਉਂਦੇ ਜੇ ਤਾਂ ਫਿਰ ਅਸੀਂ ਚਾਹਵਾਂਗੇ ਕਿ 26 ਜਨਵਰੀ ਵਰਗੀ ਘਟਨਾ ਗਾਂਹ ਨਾ ਵਾਪਰੇ, ਇੱਦਾਂ ਦੀ ਅਫਰਾ ਤਫਰੀ ਨਾ ਹੋਵੇ। ਇਸ ਕਰਕੇ ਅਸੀਂ ਏਕਤਾ ਦੇ ਹਾਮੀ ਹਾਂ, ਏਕਤਾ ਲਈ ਸਾਰੇ ਕਿਸਾਨ ਪੰਜਾਬ ਦੇ ਹਾਮੀ ਆ, ਅਤੇ ਅਸੀਂ ਆਪਣੀ ਪ੍ਰਪੋਜ਼ਲ ਰੱਖਤੀ ਆ, ਉਹਨਾਂ ਦੇ ਹੰਗਾਰੇ ਦੀ ਉਡੀਕ ਕਰ ਰਹੇ ਹਾਂ। 6 ਮੈਂਬਰੀ ਕਮੇਟੀ ਦੀ ਮੁਲਾਕਾਤ ਉਹਨਾਂ ਦੇ ਦੋਵਾਂ ਫੋਰਮਾਂ ਨਾਲ ਹੋ ਚੁੱਕੀ ਆ, ਪੰਧੇਰ ਸਾਹਿਬ ਦੇ ਅਤੇ ਡੱਲੇਵਾਲ ਸਾਹਿਬ ਦੇ ਮੋਰਚੇ ਨਾਲ। ਦੇਖੋ ਉਹ ਤਾਂ ਇੱਕ ਮਿੰਟ ਫੋਰਮਾਂ ਦੱਸਣਗੀਆਂ, ਜਿਹੜੀ ਉਹਨਾਂ ਨੂੰ ਪਤਾ, ਜਿਹੜੇ ਉਹਨਾਂ ਨੂੰ ਲੈ ਕੇ ਬੇਨਤੀ ਹੈ, ਉਹ ਤਾਂ ਉਹਨਾਂ ਦਾ ਆਪਦਾ ਕੰਮ ਹੈ। ਪਰ ਜੋ ਲੋਕ ਚਾਹੁੰਦੇ ਨੇ, ਲੋਕ ਕਹਿੰਦੇ ਏਕਤਾ ਵਾਸਤੇ, ਸੋ ਜਿਹੜਾ ਐਸਕੇਐਮ ਹੈ ਉਹ 6 ਮੈਂਬਰੀ ਕਮੇਟੀ ਨੇ ਆਪਦਾ ਫਰਜ਼ ਪੂਰਾ ਅਦਾ ਕਰ ਰਹੀ ਹੈ, ਉਹਨਾਂ ਬਿਲਕੁਲ ਗੱਲਬਾਤ ਹੋ, ਉਹਨਾਂ ਦੀ ਜੋ ਉਹਨਾਂ ਦਾ ਕੀ ਆ ਜਵਾਬ ਕੀ ਹੈ ਉਹਦੀ ਅਸੀਂ ਉਡੀਕ ਦੇ ਵਿੱਚ ਹਾਂ, ਅਸੀਂ ਉਸ ਸਮੇਂ ਦੀ ਉਡੀਕ 'ਚ ਹੈ ਕਿ ਉਹ ਜੋ ਉਹਨਾਂ ਨੂੰ ਬੇਨਤੀ ਕੀਤੀ ਹੈ ਉਹਨਾਂ ਫੋਰਮਾਂ ਨੂੰ, ਸੋ ਉਸ 'ਤੇ ਸਾਨੂੰ ਲੱਗਦਾ ਵੀ ਵਿਚਾਰ ਕਰਨਗੇ, ਕਿਉਂਕਿ ਐਸਕੇਐਮ ਤਾਂ ਸੰਘਰਸ਼ ਤੋਂ ਪਹਿਲਾਂ ਵੀ ਇਸਦਾ ਹਾਮੀ ਸੀ, ਇਹਦੀਆਂ ਕਮੇਟੀਆਂ ਉਸ ਤੋਂ ਪਹਿਲਾਂ ਵੀ ਬਣੀਆਂ ਹੋਈਆਂ ਸਨ, ਉਸ ਕਮੇਟੀ ਦੇ ਤਹਿਤ ਹੀ, ਉਸ ਫੈਸਲੇ ਤਹਿਤ ਹੀ ਕਮੇਟੀਆਂ ਨਾਲ ਹੀ ਰਾਜਵਾਲ ਸਾਹਿਬ ਦੇ ਜੋ 5 ਜਥੇਬੰਦੀਆਂ ਸਾਡੇ ਵਿੱਚ ਅੱਜ ਬੈਠੀਆਂ ਨੇ ਉਸੇ ਫੈਸਲੇ 'ਤੇ ਬੈਠੀਆਂ ਨੇ। ਸੋ ਡੱਲੇਵਾਲ ਸਾਹਿਬ ਵਾਸਤੇ ਔਰ ਭੰਦੇਵ ਸਾਹਿਬ ਵਾਸਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਸੰਘਰਸ਼ ਤੋਂ, ਸੋ ਹੁਣ ਵੀ ਸਾਡਾ ਤਾਂ ਸਮੁੱਚੇ ਸਕੈਮ ਦਾ, ਜੋ ਇੰਡੀਆ ਦਾ ਸਕੈਮ, ਉਸ ਵੱਲੋਂ ਵੀ ਇਹ ਕੋਸ਼ਿਸ਼ ਹੈ ਕਿ ਹਮੇਸ਼ਾ ਅਸੀਂ ਤਾਂ ਚਾਹੁੰਦੇ ਹਾਂ ਕਿ ਇਕੱਠੇ ਹੋ ਕੇ ਚੱਲੀਏ, ਸੋ ਉਹ ਫੋਰਮਾਂ ਕੀ ਚਾਹੁੰਦੀਆਂ ਨੇ ਉਹਨਾਂ ਦੇ ਉਡੀਕ ਦੇ ਵਿੱਚ ਅਸੀਂ ਹਾਂ। ਮੈਂ ਤੁਹਾਨੂੰ ਉਸ ਕਮੇਟੀਆਂ ਬਾਰੇ ਸਪਸ਼ਟ ਵੀ ਇਕੱਠੇ ਨਹੀਂ ਹੋਏ, ਮੈਂ ਮੇਰੀ ਜਿਹੜੀ ਕਮੇਟੀ ਸੀ ਅਸੀਂ 5 ਮੈਂਬਰੀ, ਮੇਰੀ ਭੰਦੇਵ ਸਾਹਿਬ ਨਾਲ ਡਿਊਟੀ ਸੀ ਗੱਲ ਕਰਨ ਦੀ, ਮੈਂ 4 ਮੀਟਿੰਗਾਂ ਉਹਨਾਂ ਨਾਲ ਕੀਤੀਆਂ ਨੇ, ਇੱਕ ਲੁਧਿਆਣੇ ਕੀਤੀ ਆ, ਇੱਕ ਫਗਵਾੜੇ ਕੀਤੀ ਆ, ਕਰਤਾਰਪੁਰ ਕੀਤੀ ਆ, ਇੱਕ ਸਮਰਾਲੇ ਕੀਤੀ ਆ।
ਸਿਰਫ ਸਾਡੀ ਜਿਹੜੀਆਂ ਕਮੇਟੀਆਂ ਨਾਲ ਮੀਟਿੰਗਾਂ ਸੀ ਸਿਰਫ ਏਕਤਾ ਲਈ ਸੀ। ਅਸੀਂ ਜਿਹੜੀਆਂ ਸਾਡੀ SKM ਨੇ ਉਹਨਾਂ 'ਤੇ ਸ਼ਰਤਾਂ ਰੱਖੀਆਂ ਸੀ ਵੀ ਤੁਸੀਂ ਜਿਹੜਾ 26 ਨੂੰ ਗਏ ਹੋ ਗਲਤ ਗਏ ਹੋ, ਉਹਦੀ ਸਾਨੂੰ ਦੱਸੋ ਵੀ ਅੱਗੇ ਤੋਂ ਇਹੋ ਜਿਹੀਆਂ ਗਲਤੀਆਂ ਨਾ ਹੋਣ। ਫਿਰ ਉਹਨਾਂ ਨੇ ਇੱਕ ਚਿੱਠੀ ਦੇਤੀ ਸੀ ਵੀ ਮੈਨੂੰ ਗਦਾਰ ਕਿਹਾ ਜਾਂ ਮੈਨੂੰ ਮਾੜੇ ਸ਼ਬਦ SKM ਨੇ ਬੋਲਿਆ, ਉਹ ਚਿੱਠੀ ਅਸੀਂ SKM ਨੂੰ ਕੋਲ ਰੱਖੀ। ਫਿਰ ਜਿਹੜੀ ਆਖਰੀ ਮੀਟਿੰਗ ਸੀ ਉਹਦੇ 'ਚ ਤੋਂ ਉਹਨਾਂ ਨੇ ਪਹਿਲਾਂ ਜਿਹੜਾ ਇਹ ਮੋਰਚਾ ਐਲਾਨ ਕਰਤਾ ਸੀ, ਸਾਡੇ ਨਾਲ ਰਾਏ ਨਹੀਂ ਕੀਤੀ। ਜਦ ਆਖਰੀ ਮੀਟਿੰਗ 'ਚ ਮੇਰੇ ਕੋਲ ਗਏ, ਅਸੀਂ 3-4 ਬੰਦਿਆਂ ਨੇ ਉੱਥੇ ਮੀਟਿੰਗ ਕੀਤੀ, ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤਿਆਰੀ ਕਿਵੇਂ ਆ, ਕਿਹਨੂੰ ਤੁਸੀਂ ਨਾਲ ਲੈ ਕੇ ਚੱਲੇ ਹੋ, ਕੀ UP 'ਚ ਤੁਹਾਡੀ ਟਿਕਾਇਆ ਸਾਹਿਬ ਨਾਲ ਗੱਲ ਹੋਈ ਆ, ਕੀ ਤੁਹਾਡੀ ਹਰਿਆਣੇ 'ਚ ਜਿਹੜੀਆਂ ਵੱਡੀਆਂ ਫੋਰਮਾਂ ਗੱਲ ਹੋਈ ਆ, ਕੀ MP 'ਚ ਗੱਲ ਹੋਈ ਆ, ਬਾਕੀ ਸਟੇਟਾਂ ਨਾਲ ਜੁੜਨਗੀਆਂ ਕਿ ਇਕੱਲਾ ਆਪਾਂ ਪੰਜਾਬ ਦਾ ਮੋਰਚਾ ਬਣਾ ਕੇ ਚੱਲ ਪਵਾਂਗੇ। ਉਹ ਕਹਿੰਦੇ ਜੀ ਸਾਡੀ ਸਾਰਿਆਂ ਨਾਲ ਗੱਲ ਆ, ਲੱਖਾਂ ਲੋਕ ਬਾਹਰਲੀਆਂ ਸਟੇਟਾਂ ਦੇ ਵੀ ਆ ਜਾਣਗੇ, ਪਰ ਅੱਜ ਦੇਖ ਲਓ ਬਾਹਰਲੀਆਂ ਸਟੇਟਾਂ 'ਚੋਂ ਕੋਈ ਨਹੀਂ ਆਇਆ ਅਤੇ ਨਾ ਸਾਨੂੰ ਲੈ ਕੇ ਉਹ ਚੱਲੇ ਆ। ਜੇ ਸਾਡੇ ਨਾਲ ਰਾਏ ਕਰਕੇ ਚੱਲਦੇ, ਇਕੱਠੇ ਹੋ ਕੇ ਚੱਲਦੇ, ਤਾਂ ਇਹ ਮੋਰਚੇ ਦੀ ਦਿੱਖ ਹੋਰ ਹੋਣੀ ਸੀ। ਅਸੀਂ ਸਾਡੇ ਵੱਲੋਂ ਪੂਰੀ ਖੁੱਲ੍ਹੀ ਹੈ, ਛੁੱਟੀ ਹੈ, 6 ਮੈਂਬਰਾਂ ਨੇ ਸਾਡਿਆਂ ਨੇ, ਅਗਰਾਹਾਂ ਸਾਹਿਬ, ਰਾਜੇਵਾਲ ਸਾਹਿਬ ਨੇ, ਚਟੂਨੀ ਨਾਲ ਵੀ ਗੱਲ ਕਰ ਲਈ ਆ, ਉਹਨਾਂ ਨਾਲ 2 ਵਾਰੀ ਮੀਟਿੰਗਾਂ ਕਰ ਚੁੱਕੇ ਹਾਂ, ਅਤੇ ਉਹਨਾਂ ਨੂੰ ਜਿਹੜਾ ਸਾਡਾ 8-9 ਪ੍ਰੋਗਰਾਮ ਆ ਇੱਕ ਦੱਸਤਾ ਉਹ ਦੇ ਦਿੱਤਾ। ਉਹ ਕਹਿੰਦੇ ਵੀ ਅਸੀਂ ਆਪਦੀਆਂ 2 ਫੋਰਮਾਂ 'ਚ ਵਿਚਾਰ ਕੇ ਤੁਹਾਡੇ ਨਾਲ ਅਗਲੇ ਦਿਨ ਗੱਲ ਕਰਾਂਗੇ। ਨਕੋਲ ਸਾਹਿਬ ਤੁਸੀਂ ਮੰਨਦੇ ਹੋ ਕਿ ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਹੋਣਾ ਚਾਹੀਦਾ ਨਹੀਂ, ਜਿੱਦਾਂ ਪਹਿਲਾਂ ਅਸੀਂ ਇਸ ਵਾਰ ਨਹੀਂ ਹੋਇਆ, ਉਹ ਕਾਲੀ ਕਰਕੇ ਹੋਇਆ, ਕਿਉਂਕਿ ਸਾਰੀਆਂ ਫੋਰਮਾਂ ਨੂੰ ਨਾਲ ਨਹੀਂ ਲਿਆ ਗਿਆ, ਸਾਰੀਆਂ ਸਟੇਟਾਂ ਨੂੰ ਨਾਲ ਨਹੀਂ ਲਿਆ ਗਿਆ, ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਇਹ ਅੰਦੋਲਨ ਕਰਨਾ ਚਾਹੀਦਾ ਸੀ, ਇਕੱਲਾ ਪੰਜਾਬੀਆਂ ਦਾ ਅੰਦੋਲਨ ਬਣ ਗਿਆ। ਮੈਂ ਇੱਥੇ ਗੱਲ ਕਰਨੀ ਚਾਹੁੰਦਾ, ਜਿਹੜਾ ਅੰਦੋਲਨ 2020 ਵਾਲਾ ਸੀ, ਉਹ ਅੰਦੋਲਨ ਪੰਜਾਬ 'ਚ ਲਗਭਗ 2.5-3 ਮਹੀਨੇ ਚੱਲਿਆ, ਉਹਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ। ਉਸ ਅੰਦੋਲਨ ਨੇ ਜਿਹੜਾ 3 ਕਾਨੂੰਨਾਂ ਦੇ ਉੱਪਰ ਸੀ, ਉਹਨੇ ਸਾਰੇ ਦੇਸ਼ ਨੂੰ ਅਪੀਲ ਕੀਤੀ, ਸਾਰੇ ਸੂਬਿਆਂ 'ਚ ਅੰਦੋਲਨ ਬਣਿਆ। ਜਦੋਂ ਸਾਰੇ ਦੇਸ਼ 'ਚ ਅੰਦੋਲਨ ਬਣ ਗਿਆ ਤਾਂ ਫਿਰ ਇਹ ਅੰਦੋਲਨ ਦਿੱਲੀ ਗਿਆ ਵਾ। ਇਸ ਕਰਕੇ ਜਿੱਡੀ ਐਕਸਰਸਾਈਜ਼ ਉਹ ਸੀ, ਇਸ ਵੇਲੇ ਓਡੀ ਐਕਸਰਸਾਈਜ਼ ਨਹੀਂ ਕੀਤੀ ਗਈ। ਨਹੀਂ, ਕੋਈ ਰਣਨੀਤੀ ਅਸੀਂ ਤੈਅ ਨਹੀਂ ਕੀਤੀ ਗਈ। ਅਸੀਂ ਤਾਂ ਇਹੀ ਕਹਿੰਦੇ ਹਾਂ, ਅਜੇ ਤਾਂ ਵੀ ਸਾਨੂੰ ਕਹਿੰਦੇ ਹਾਂ ਵੀ ਭਾਜਪਾ ਸਾਡੀਆਂ ਮੰਗਾਂ ਮੰਨੇ। ਅਜੇ ਵੀ ਚੋਣ ਜ਼ਾਬਤੇ 'ਚ ਦਿਨ ਨੇ, ਉਹ ਸਾਡੀਆਂ ਫੌਰੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਸੁਲਝਾਵੇ, ਜਿਹੜੇ ਸਾਡੇ ਉੱਥੇ ਵੀ ਵੀਰ ਬੈਠੇ ਆ, ਸਾਡੇ ਆਪਦੇ ਕਿਸਾਨ ਬੈਠੇ ਆ, ਉਹਨਾਂ ਦੀਆਂ ਮੰਗਾਂ ਮੰਨ ਲਵੇ, ਉਹਨਾਂ ਨਾਲ ਸਮਝੌਤਾ ਕਰ ਲਵੇ, ਕੋਈ ਵੀ ਮੰਗਾਂ ਸਾਡੀਆਂ ਮੰਨੇ। ਸਾਡਾ ਤਾਂ ਅੰਦੋਲਨ ਚੱਲੀ ਜਾਣਾ, 50 ਸਾਲ ਦਾ ਚੱਲਦਾ, ਅੱਗੇ ਵੀ ਚੱਲੀ ਜਾਣਾ, ਮੰਗਾਂ ਮੁੱਕ ਨਹੀਂ ਜਾਣੀਆਂ। ਅਸੀਂ ਮੰਗਾਂ ਲਈ ਅੰਦੋਲਨ ਲੜਦੇ ਰਹਿਣਾ, ਭਾਵੇਂ ਚੋਣ ਜ਼ਾਬਤਾ ਲੱਗ ਜਾਵੇ, 14 ਨੂੰ ਅਸੀਂ ਦਿੱਲੀ 'ਚ ਜਿਹੜੀ ਕਿਸਾਨ ਮਹਾਂਪੰਚਾਇਤ ਕਰਾਂਗੇ। ਇਸੇ ਤਰ੍ਹਾਂ ਜਿਹੜੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਪੰਜਾਬ, ਹਰਿਆਣਾ, UP ਸਟੇਟਾਂ ਦੇ ਵਿੱਚ ਵੀ ਅਸੀਂ ਜਿਹੜਾ ਇਹਨਾਂ ਦਾ ਵਿਰੋਧ ਕਰਾਂਗੇ। ਥੈਂਕ ਯੂ, ਥੈਂਕ ਯੂ।